ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਸਰਕਾਰ ਦੇ ਕੁਝ ਦਫ਼ਤਰਾਂ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਦਵਾਂਗੀ ਹੋਪਫੁਲੀ ਤੁਹਾਨੂੰ ਇਹ ਇਨਫੋਰਮੇਸ਼ਨ ਜਿਹੜੀ ਹੈ ਬਹੁਤ ਹੀ ਪਸੰਦ ਆਏਗੀ ਔਰ ਵੀਡੀਓ ਨੂੰ ਪਲੀਜ਼ ਜੇ ਤੁਸੀਂ ਇਨਫੋਰਮੇਸ਼ਨ ਲੈਣੇ ਆ ਬੈਨੀਫਿਟ ਹੁੰਦਾ ਹੈ ਤੁਹਾਨੂੰ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਪਹਿਲਾ ਦਫ਼ਤਰ ਦਫ਼ਤਰੇ ਅਬਵਾਬੁਲ ਮਲ ਦਫ਼ਤਰੇ ਅਬਵਾਬੁਲ ਮਲ ਦੇ ਵਿੱਚ ਕੀ ਸੀਗਾ ਇਹਦੇ ਵਿੱਚ ਜਿੰਨਾ ਵੀ ਜਿੱਥੋਂ ਵੀ ਰਾਜ ਸਰਕਾਰ ਨੂੰ ਕਿਤੇ ਉਹ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਕਮ ਆਂਦੀ ਸੀ ਉਸ ਦਾ ਸਾਰਾ ਲੇਖਾ ਜੋਖਾ ਕਰਨਾ ਉਹ ਇਸ ਦਫਤਰ ਦਾ ਕੰਮ ਸੀਗਾ ਦਫਤਰੇ ਅਵਾਬੁਲ ਮਲ ਦਾ ਓਵਰਆਲ ਅਕਾਊਂਟ ਜਿਹੜੇ ਸੀਗੇ ਡਿਫਰੈਂਟ ਸੋਰਸਸ ਆਫ ਇਨਕਮ ਦੇ ਉਹ ਇਹ ਦਫਤਰ ਦਾ ਕੰਮ ਸੀਗਾ ਮੇਨਟੇਨ ਕਰਨਾ ਦੂਸਰਾ ਦਫਤਰ ਦਫਤਰੇ ਮਲ ਦਫਤਰੇ ਮਲ ਦਾ ਕੀ ਕੰਮ ਸੀਗਾ ਇਟ ਕੇਪਟ ਅਕਾਊਂਟ ਆਫ ਲੈਂਡ ਰੈਵਨਿਊ ਰੀਸੀਵਡ ਫ্রম ਵੇਰੀਅਸ ਪਰਗਨਾਜ਼ ਐਂਡ ਤਾਲੂਕਾਸ ਪਰਗਨਾਜ਼ ਕੀ ਹੁੰਦੇ ਪਰਗਨਾ ਬੇਸਿਕਲੀ ਇਹ ਜਿਹੜੇ ਆਪਣੇ ਦਿੱਲੀ ਸਲਤਨਤ ਜਦੋਂ ਆਈ ਹੈ ਦਿੱਲੀ ਸਲਤਨਤ ਨੇ ਪਰਗਨਾ ਇੰਟਰੋਡਿਊਸ ਕੀਤੇ ਆ ਉਹਨਾਂ ਨੇ ਇੰਡੀਆ ਦੇ ਵਿੱਚ ਠੀਕ ਹੈ ਔਰ ਇਹਦਾ ਜਿਹੜਾ ਮਤਲਬ origin ਹੈ ਪਰਸ਼ੀਅਨ origin ਹੈ ਸੋ ਇਹ ਜਿਹੜੇ ਪਰਗਨਾ ਹੈ ਅੱਗੋਂ ਡਿਵਾਈਡ ਹੁੰਦੇ ਸੀਗੇ ਮੌਜ਼ਿਆਂ ਦੇ ਵਿੱਚ ਇਹ ਮੌਜ਼ੇ ਜਿਹੜੇ ਆ ਉਹ ਫਿਰ ਅੱਗੋਂ ਡਿਵਾਈਡ ਹੁੰਦੇ ਸੀ ਛੋਟੇ-ਛੋਟੇ ਪਿੰਡਾਂ ਦੇ ਯੂਨਿਟਸ ਦੇ ਵਿੱਚ ਇਹ ਬੇਸਿਕਲੀ ਰੈਵਨਿਊ ਯੂਨਿਟਸ ਹੁੰਦੇ ਸੀਗੇ ਜਿਵੇਂ ਇੱਕ ਤੋਂ ਵੱਧ ਪਿੰਡਾਂ ਦਾ ਗਰੁੱਪ ਮੰਨ ਲਓ ਬਣ ਗਿਆ ਠੀਕ ਹੈ ਤੇ ਉਹਦੇ ਤੋਂ ਰੈਵਨਿਊ ਜਿਹੜਾ ਸਰਕਾਰ ਰਾਜ ਸਰਕਾਰ ਇਕੱਠਾ ਕਰਦੀ ਸੀ ਸੋ ਉਹ ਪਿੰਡਾਂ ਦੇ ਸਮੂਹ ਨੂੰ ਮੌਜ਼ੇ ਤੇ ਮੌਜ਼ਿਆਂ ਦੇ ਸਮੂਹ ਨੂੰ ਜਿਹੜਾ ਆ ਪਰਗਨਾ ਕਿਹਾ ਜਾਂਦਾ ਸੀ ਤੇ ਤਾਲੁਕਾ ਜਿਹੜੇ ਸੀਗੇ ਉਹ ਇੱਕ ਤਹਿਸੀਲ ਦੀ ਤ ਜਿਵੇਂ ਤਸੀਲਾਂ ਹੁੰਦੀਆਂ ਨੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਉਦੋਂ ਤਾਲੂਕਾਸ ਕਹਿੰਦੇ ਸੀ ਅੱਜ ਵੀ ਕਿਤੇ ਕਿਤੇ ਇਹਨਾਂ ਨੂੰ ਤਾਲੂਕਾ ਜਿਹੜਾ ਕਿਹਾ ਜਾਂਦਾ ਹੈ ਜੇ ਤੁਸੀਂ ਪਟਵਾਰ ਦੇ ਜਿਹੜੇ ਰਿਕਾਰਡ ਹੈ ਉਹਦੇ ਉਹਨੂੰ ਖੋਲ ਕੇ ਦੇਖੋ ਤੇ ਉਹਨਾਂ ਦੇ ਵਿੱਚ ਮਤਲਬ ਤਾਲੂਕਾਸ ਜਿਹੜਾ ਵਰਤਿਆ ਜਾਂਦਾ ਵਰਡ ਹੈ ਪਰਗਨਾ ਵੀ ਵਰਤਿਆ ਜਾਂਦਾ ਵਰਡ ਹੈ ਸੋ ਦਫ਼ਤਰੇ ਮਲ ਜਿਹੜਾ ਹੈ ਉਹ ਰਾਜ ਸਰਕਾਰ ਦਾ ਜਿਹੜਾ ਪਰਗਨਾ ਤੋਂ ਜਾਂ ਜਿਹੜਾ ਤਾਲੂਕਾ ਦੇ ਉੱਤੋਂ ਜਿਹੜੀ ਇਨਕਮ ਆਉਂਦੀ ਸੀਗੀ ਰੈਵਨਿਊ ਆਉਂਦਾ ਸੀ ਉਹਦਾ ਅਕਾਊਂਟ ਮੇਨਟੇਨ ਕਰਦਾ ਸੀ ਅਗਲਾ ਹੈ ਦਫ਼ਤਰੇ ਵਜੂਹਤ ਦਫਤਰੀ ਵਜੂਹਤ ਜਿਹੜਾ ਆ ਜੋ ਵੀ ਇਨਕਮ ਕੋਰਟ ਫੀਸ ਤੋਂ ਜਾਂ ਫਿਰ ਕਸਟਮ ਡਿਊਟੀ ਯਾਨੀ ਕਿ ਚੂੰਗੀ ਕਰ ਤੋਂ ਜੋ ਵੀ ਇਨਕਮ ਇਨ੍ਹਾਂ ਦੋਵਾਂ ਚੀਜ਼ਾਂ ਤੋਂ ਆਉਂਦੀ ਸੀਗੀ ਉਹਦਾ ਅਕਾਊਂਟ ਦਫਤਰੀ ਵਜੂਹਤ ਮੇਨਟੇਨ ਕਰਦਾ ਸੀ ਫੋਰਥ ਹੈਗਾ ਦਫਤਰੀ ਤਾਜੀਹਤ ਦਫਤਰੀ ਤਾਜੀਹਤ ਜਿਹੜਾ ਸ਼ਾਹੀ ਪਰਵਾਰ ਨਾਲ ਰਿਲੇਟਡ ਜੋ ਵੀ ਅਕਾਊਂਟ ਹੈ ਉਹਨੂੰ ਮੇਨਟੇਨ ਕਰਦਾ ਸੀ 5th ਹੈਗਾ ਦਫਤਰੀ ਮਵਾਜਿਬ ਦਫਤਰੀ ਮਵਾਜਿਬ ਜਿਹੜਾ ਆ ਇਹਦੇ ਵਿੱਚ ਉਹ ਅਕਾਊਂਟ ਮੇਨਟੇਨ ਕੀਤਾ ਜਾਂਦਾ ਸੀ ਜਿਦੇ ਵਿੱਚ ਮਿਲਟਰੀ ਤੇ ਸਿਵਲ ਅਫੀਸ਼ੀਅਲਸ ਨੂੰ ਜੋ ਵੀ ਤਨਖਾਹਾਂ ਜੋ ਵੀ ਪੱਤੇ ਦਿੱਤੇ ਜਾਂਦੇ ਸੀ ਉਹਦੇ ਬਾਰੇ ਜਾਣਕਾਰੀ ਹੋਵੇ ਤੇ 6th ਹੈਗਾ ਦਫਤਰੀ ਰੋਜ਼ਨਾਮਾ ਚ ਦਫਤਰੀ ਰੋਜ਼ਨਾਮਾ ਚਾ ਦੇ ਵਿੱਚ ਉਹ ਅਕਾਊਂਟ ਮੇਨਟੇਨ ਕੀਤਾ ਜਾਂਦਾ ਸੀ ਜਿਦੇ ਵਿੱਚ ਸਰਕਾਰ ਦੇ ਜੋ ਡੇਲੀ ਬੇਸਿਸ ਦੇ ਉੱਤੇ ਜੋ ਵੀ ਖਰਚੇ ਹੁੰਦੇ ਆ ਉਹਨਾਂ ਦਾ ਵੇਰਵਾ ਹੋਵੇ ਸੋ ਇਹ ਸੀ ਦਫਤਰਾਂ ਬਾਰੇ ਜਾਣਕਾਰੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਸਰਕਾਰ ਦੇ ਸੋ ਹੋਪਫੁਲੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ